ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇਸਤਰੀ ਦੀ ਸੁਤੰਤਰਤਾ ਦੀ ਕਈ ਜਗ੍ਹਾ ਆਵਾਜ਼ ਉਠਾਈ ਹੈ ਇਸੇ ਲੜੀ ਵਿੱਚ ਆਪ ਜੀ ਨੇ ਪਹਿਲੇ ਵੀ ਇਸਤਰੀਆਂ ਦੀ ਸੁਤੰਤਰਤਾ ਦੀ ਗੱਲ ਕੀਤੀ ਹੁਣ ਫਿਰ ਇਹ ਦੁਹਰਾ ਰਹੇ ਹਨ ਤੇ ਉਸ ਸਮਾਜ ਨੂੰ ਲਾਣਤ ਦਿੰਦੇ ਹਨ ਜਿਹੜੇ ਇਸਤਰੀਆਂ ਨੂੰ ਕਮਾਂ ਕਾਜਾਂ ਤੋਂ ਦੂਰ ਰੱਖ ਕੇ ਗਹਿਣੇ ਗਟਿਆਂ ਵਿੱਚ ਛੁਪਾਈ ਰੱਖਦੇ ਹਨ ਤੇ ਉਹਨਾਂ ਨੇ ਕਿਹਾ ਇਹੋ ਜਿਸ ਸਮਾਏ ਦਾ ਖਾਤਮਾ ਹੋਣਾ ਚਾਹੀਦਾ ਹੈ ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇਸਤਰੀਆਂ ਨੂੰ ਗਹਿਣੇ ਗੱਟੇ ਪਹਿਨਾ ਕੇ ਛੁਪਾਈ ਰੱਖਣਾ ਉਹਨਾਂ ਨੂੰ ਖੇਤਾਂ ਤੇ ਫਾਰਮਾਂ ਤੋਂ ਦੂਰ ਰੱਖਣਾ ਉਹਨਾਂ ਨੂੰ ਸੰਦਲ ਦੇ ਡੱਬਿਆਂ ਵਿੱਚ ਮੋਤੀ ਮਾਣਕਾਂ ਤੇ ਹੀਰੇ ਪੰਨਿਆਂ ਵਾਂਗ ਬੰਦ ਕਰਕੇ ਰੱਖਣਾ ਝੂਠੀ ਮਾਣ ਮਰਿਆਦਾ ਦੇ ਸੁਨਹਿਰੀ ਪਰਦਿਆਂ ਵਿੱਚ ਲੁਕੋ ਲੁਕੋ ਸਾਮ-ਸਾਮ ਰੱਖਣਾ ਝੂਠੀ ਲਾਜ ਤੇ ਝੂਠੇ ਸਦਾਚਾਰ ਦੇ ਭਰਮ ਵਿੱਚ ਫਸਿਆ ਹੋਣਾ ਅਧੀ ਇੱਕ ਤਰ੍ਹਾਂ ਦਾ ਵਹਿਸ਼ੀਪੁਣਾ ਹੈ ਜੋ ਸਾਡੇ ਘਰੋਗੀ ਜੀਵਨ ਵਿੱਚ ਜ਼ਹਿਰ ਕੋਲ ਰਿਹਾ ਹੈ ਇਹ ਤਾਂ ਪ੍ਰਭੂ ਤੋਂ ਮੁਖ ਮੋੜਨ ਤੇ ਮਨੁੱਖੀ ਆਤਮਾ ਨੂੰ ਨਿਪਟ ਖਿਡੋਣਾ ਬਣਾਉਣ ਵਾਲੀ ਗੱਲ ਹੈ ਇਹ ਤਾਂ ਜੀਵਨ ਦਾ ਸਿੱਧਾ ਦਮਨ ਕਰਨਾ ਹੈ ਸਵੈਮਾਨ ਤੇ ਸਤਗੁਣਾਂ ਨੂੰ ਨਿਰਜਿੰਦ ਤੇ ਮੁਰਦਾ ਬਣਾ ਕੇ ਦੰਕੋਟ ਕੇ ਮਾਰਨ ਵਾਲੀ ਗੱਲ ਹੈ ਇੱਜ਼ਤ ਮਾਣ ਤੇ ਸ਼ੁਭ ਗੁਣਾ ਦਾ ਨੰਗਾ ਮਜ਼ਾਕ ਹੈ ਇਹੋ ਜਿਹਾ ਸਮਾਜ ਨੂੰ ਲਾਣਤ ਹੈ ਇਸ ਦਾ ਖਾਤਮਾ ਹੋਣਾ ਚਾਹੀਦਾ ਹੈ ਜੇ ਅਸੀਂ ਆਪਣੀ ਆਤਮਾ ਦੀ ਸੁਤੰਤਰਤਾ ਨੂੰ ਪਰਮਾਤਮਾ ਨੂੰ ਸਮਰਪਿਤ ਕਰਕੇ ਇਸ ਦਾ ਤਿਆਗ ਨਹੀਂ ਕੀਤਾ ਤਾਂ ਤਲਵਾਰ ਦਾ ਇਰਾਜ ਨਿਪਟ ਗੜਬੜ ਤੇ ਰੋਲ ਕਚੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ